ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਪਾਲ ਕੌਰ, ਨੂਰ ਕਿਚਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਜਿਹੜੀ ਅੱਜ ਰੈਸਪੀ ਲੈ ਕੇ ਆਏ ਹਾਂ, ਬਹੁਤ ਹੀ ਟੇਸਟੀ ਜਿਹੜੀ ਇਹ ਰੈਸਪੀ ਆ। ਅਸੀਂ ਅੱਜ ਬਣਾਵਾਂਗੇ ਕਾਜੂ ਨਮਕੀਨ, ਜਿਹੜੇ ਕਿ ਮਾਰਕੀਟ ਵਿੱਚ ਵੀ ਆਸਾਨੀ ਨਾਲ ਬਣੇ ਹੋਏ ਮਿਲ ਜਾਂਦੇ ਆ, ਪਰ ਤੁਸੀਂ ਇਸ ਰੈਸਪੀ ਨੂੰ ਘਰ ਵਿੱਚ ਹੀ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਜੇ, ਜਿਹੜੀ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਅਤੇ ਇਹਦਾ ਇੱਕ ਇਹ ਫਾਇਦਾ ਕਿ ਇਸਨੂੰ ਤੁਸੀਂ ਸਟੋਰ ਵੀ ਕਾਫੀ ਸਮੇਂ ਲੰਬੇ ਸਮੇਂ ਤੱਕ ਕਰ ਸਕਦੇ ਜੇ। ਅਤੇ ਇਸ ਜਦੋਂ ਵੀ ਬੱਚੇ ਅਚਾਨਕ ਕੁਛ ਖਾਣ ਨੂੰ ਮੰਗਦੇ ਆ ਤਾਂ ਤੁਸੀਂ ਇਸ ਇਹ ਨਮਕੀਨ ਪਾਰੇ ਤੁਸੀਂ ਬਣਾ ਕੇ ਰੱਖੇ ਹੋਣ ਤਾਂ ਤੁਸੀਂ ਬੱਚਿਆਂ ਨੂੰ ਜਿਹੜਾ ਤੁਸੀਂ ਦੇ ਸਕਦੇ ਜੇ। ਇਸ ਨੂੰ ਤੁਸੀਂ ਸਵੇਰ ਦੀ ਚਾਹ ਦਾ, ਸ਼ਾਮ ਦੀ ਚਾਹ ਦੇ ਨਾਲ ਵੀ ਸਰਵ ਕਰ ਸਕਦੇ ਜੇ। ਅਤੇ ਹਲਕੀ ਫੁਲਕੀ ਭੁੱਖ ਨੂੰ ਮਿਟਾਉਣ ਵਾਸਤੇ ਵੀ ਇਹ ਬਹੁਤ ਵਧੀਆ ਰੈਸਪੀ ਆ, ਅਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਹੀ ਪਸੰਦ ਆਏਗੀ ਇਹ ਰੈਸਪੀ। ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਇਸ ਰੈਸਪੀ ਨੂੰ ਸਿੱਖਣ ਲਈ ਤੁਸੀਂ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਤਾਂ ਚਲੋ ਸ਼ੁਰੂ ਕਰਦੇ ਹਾਂ ਨਮਕੀਨ, ਕਾਜੂ ਨਮਕੀਨ ਬਣਾਉਣੇ। ਤਾਂ ਚਲੋ ਸ਼ੁਰੂ ਕਰਦੇ ਹਾਂ ਨਮਕੀਨ ਨਮਕ ਪਾਰੇ ਬਣਾਉਣੇ। ਇਹਦੇ ਲਈ ਅਸੀਂ ਜਿਹੜਾ 300 ਗ੍ਰਾਮ ਜਿਹੜਾ ਅਸੀਂ ਮੈਦਾ ਲਿਆ ਵਾ। ਹੁਣ ਅਸੀਂ ਪਰਾਤ ਜਾਂ ਕੋਈ ਵੀ ਖੁੱਲ੍ਹਾ ਭਾਂਡਾ ਜੋ ਤੁਸੀਂ ਲੈ ਲਓ ਬਰਤਨ। 300 ਗ੍ਰਾਮ ਮੈਂ ਮੈਦਾ ਲਿਆ ਵਾ, ਅਤੇ ਉਸ ਤਰ੍ਹਾਂ ਜਿਹੜਾ ਅਸੀਂ ਇਹ 2 ਕਟੋਰੀਆਂ ਜਿਹੜੀਆਂ 300 ਗ੍ਰਾਮ ਮੈਦਾ ਬਣਦਾ ਵਾ। ਇੱਕ ਚੁਟਕੀ ਜਿਹੜੀ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਜਿਹੜਾ ਇਹਦੇ 'ਚ ਐਡ ਕਰਾਂਗੇ। ਅਤੇ ਜਿੰਨਾ ਅਸੀਂ ਸੋਡਾ ਲਿਆ ਬੇਕਿੰਗ ਸੋਡਾ, ਉਸ ਤੋਂ ਡਬਲ ਜਿਹੜਾ ਅਸੀਂ ਬੇਕਿੰਗ ਪਾਊਡਰ ਲੈਣਾ ਵਾ। ਹਾਫ ਚਮਚ ਜਿਹੜਾ ਅਸੀਂ ਕਾਲੀ ਮਿਰਚ ਦਾ ਪਾਊਡਰ ਲਿਆ ਵਾ, ਅਤੇ ਹਾਫ ਚਮਚ ਜਿਹੜੀ ਅਸੀਂ ਅਜਵਾਇਨ ਲਈ ਹੈ। ਅਜਵਾਇਨ ਨੂੰ ਜਿਹੜਾ ਵਾ ਅਸੀਂ ਕ੍ਰਸ਼ ਕਰਕੇ ਜਿਹੜਾ ਹੱਥਾਂ ਦੇ ਨਾਲ ਇਸ ਤਰ੍ਹਾਂ ਜਿਹੜਾ ਉਹ ਪਾਵਾਂਗੇ। ਟੇਸਟ ਦੇ ਅਕੋਰਡਿੰਗ ਜਿਹੜਾ ਇਹਦੇ ਵਿੱਚ ਨਮਕ ਪਾਵਾਂਗੇ। ਤੁਸੀਂ ਆਪਣੇ ਜਿੰਨਾ ਨਮਕ ਖਾਣਾ ਚਾਹੁੰਦੇ ਹੋ ਉਹਦੇ ਟੇਸਟ ਦੇ ਅਕੋਰਡਿੰਗ ਜੇ ਤੁਸੀਂ ਆਪਣਾ ਨਮਕ ਪਾ ਸਕਦੇ ਜੇ। ਇਹ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ। ਇਹਦੇ ਵਿੱਚ ਜਿਹੜੀ 2 ਕਟੋਰੀਆਂ ਜਿਹੜੀਆਂ ਅਸੀਂ ਮੈਦਾ ਲਿਆ ਸੀ, ਯਾਨੀ ਕਿ 300 ਗ੍ਰਾਮ, ਅਤੇ ਅਸੀਂ ਹਾਫ ਜਿਹੜੀ ਕਟੋਰੀ ਆ ਅਸੀਂ ਇਹਦੇ ਵਿੱਚ ਜਿਹੜਾ ਮੋਇਨ ਜਿਹਨੂੰ ਕਹਿੰਦੇ ਆ ਘਿਓ ਜਾਂ ਰਿਫਾਇੰਡ ਤੁਸੀਂ ਕੁਛ ਵੀ ਜਿਹੜਾ ਲੈ ਸਕਦੇ ਜੇ। ਹੁਣ ਅਸੀਂ ਚੰਗੀ ਤਰ੍ਹਾਂ ਜਿਹੜਾ ਘਿਓ ਨੂੰ ਜਿਹੜਾ ਵਾ ਮੈਦੇ ਦੇ ਵਿੱਚ ਮਿਕਸ ਕਰ ਦੇਣਾ ਵਾ। ਮਸਲ ਕੇ ਜਿਹੜਾ ਅਸੀਂ ਚੰਗੀ ਤਰ੍ਹਾਂ ਜਿਹੜਾ ਘਿਓ ਮਿਕਸ ਕਰਾਂਗੇ ਵਿੱਚ ਅਤੇ ਮਸਾਲੇ ਨਾਲ। ਦੇਖੋ ਅਸੀਂ ਹੁਣ ਮੁੱਠੀ ਬੰਦ ਕਰਕੇ ਦੇਖਦੇ ਹਾਂ, ਸਾਡਾ ਮੈਦਾ ਜਿਹੜਾ ਸਾਡਾ ਪੂਰੀ ਤਰ੍ਹਾਂ ਜਿਹੜਾ ਵਾ ਮੁੱਠੀ ਬਣ ਰਹੀ ਹੈ। ਇਸ ਲਈ ਇਸ ਤੋਂ ਪਤਾ ਲੱਗਦਾ ਕਿ ਜਿਹੜਾ ਸਾਡਾ ਮੋਇਨ ਆ ਬਿਲਕੁਲ ਪਰਫੈਕਟ ਆ। ਹੁਣ ਅਸੀਂ ਘਿਓ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ, ਅਤੇ ਹੁਣ ਅਸੀਂ ਥੋੜ੍ਹਾ ਥੋੜ੍ਹਾ ਪਾਣੀ ਲੈ ਕੇ ਮੈਦੇ ਨੂੰ ਇੱਕ ਜਿਹੜਾ ਸਖਤ ਅਸੀਂ ਇਸਨੂੰ ਗੁੰਨ ਲੈਣਾ ਵਾ, ਨਾ ਹੀ ਜ਼ਿਆਦਾ ਅਸੀਂ ਸੋਫਟ ਦਾ ਬਣਾਵਾਂਗੇ ਡੋ, ਅਤੇ ਨਾ ਹੀ ਬਹੁਤਾ ਹਾਰਡ। ਦੇਖੋ ਅਸੀਂ ਮੈਦੇ ਨੂੰ ਚੰਗੀ ਤਰ੍ਹਾਂ ਗੁੰਨ ਲਿਆ, ਅਤੇ ਹੁਣ ਅਸੀਂ ਇਸਨੂੰ 10 ਤੋਂ 15 ਮਿੰਟ ਜਿਹੜਾ ਅਸੀਂ ਰੈਸਟ ਵਾਸਤੇ ਰੱਖਾਂਗੇ। ਦੇਖੋ 15 ਤੋਂ 20 ਮਿੰਟ ਹੋ ਚੁੱਕੇ ਆ ਸਾਨੂੰ ਆਟੇ ਨੂੰ ਰੈਸਟ ਕੀਤੀ ਰੱਖੇ ਵਾਸਤੇ ਰੱਖੇ ਨੂੰ। ਹੁਣ ਅਸੀਂ ਇਹਦੇ ਉੱਪਰ ਥੋੜ੍ਹਾ ਜਿਹਾ ਘਿਓ ਪਾਵਾਂਗੇ, ਅਤੇ ਇਹਨੂੰ ਅਸੀਂ ਥੋੜ੍ਹੀ ਦੇਰ ਜਿਹੜੀ ਮਸਲ ਲਵਾਂਗੇ, ਤਾਂ ਕਿ ਜਦੋਂ ਆਟੇ ਨੂੰ ਰੈਸਟ ਵਾਸਤੇ ਰੱਖਿਆ ਹੁੰਦਾ ਵਾ, ਅਤੇ ਉਸ ਨੂੰ ਬਾਅਦ ਵਿੱਚ ਜਿਹੜਾ ਥੋੜ੍ਹਾ ਮਸਲਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ, ਕਿ ਜਿਹੜਾ ਸਾਡਾ ਆਟਾ ਵਾ ਉਹ ਚੰਗੀ ਤਰ੍ਹਾਂ ਜਿਹੜਾ ਸੈੱਟ ਹੋ ਜਾਵੇ ਮੈਦਾ। ਹੁਣ ਅਸੀਂ ਇਹਨਾਂ ਨੂੰ ਇਕੁਅਲ ਪਾਰਟਸ ਦੇ ਵਿੱਚ ਜਿਹੜਾ ਉਹ ਕੱਟ ਲੈਣਾ ਵਾ। ਦੇਖੋ ਅਸੀਂ ਜਿਹੜੇ 5 ਭਾਗਾਂ ਵਿੱਚ ਜਿਹੜਾ ਇਸਨੂੰ ਡਿਵਾਈਡ ਕਰ ਲਿਆ ਸਾਰੇ ਆਟੇ ਨੂੰ, ਅਤੇ ਹੁਣ ਅਸੀਂ ਇਹਦਾ ਇੱਕ ਪੇੜਾ ਲਵਾਂਗੇ, ਅਤੇ ਅਸੀਂ ਇਹਦੀ ਜਿਹੜੀ ਰੋਟੀ ਬਣਾ ਕੇ ਜਿਹੜੀ ਤਿਆਰ ਕਰਾਂਗੇ।
सैल्फ ते ही लै रही। सैल्फ नूं चंगी तरह मैं साफ कर लिया सी। हुण असीं जिहड़ा इहदे ते बिल्कुल कोई भी घिओ जां जिहड़ा सुक्का मैदा वगैरह कुछ नहीं लगाना, असीं इस नूं इसे तरह ही वेल लेना वा। ਅਸੀਂ ਰੋਟੀ ਜਿਹੜੀ ਜ਼ਿਆਦਾ ਮੋਟੀ ਨਹੀਂ ਵੇਲਣੀ, ਜਿਸ ਤਰ੍ਹਾਂ ਅਸੀਂ ਆਮ ਰੋਟੀ ਆਪਣੀ ਵੇਲ ਕੇ ਤਿਆਰ ਕਰਦੇ ਹਾਂ, ਅਸੀਂ ਉਸੇ ਤਰ੍ਹਾਂ ਜਿਹੜੀ ਰੋਟੀ ਨੂੰ ਵੇਲ ਕੇ ਤਿਆਰ ਕਰ ਲੈਣਾ। ਹੁਣ ਦੇਖੋ ਅਸੀਂ ਰੋਟੀ ਨੂੰ ਜਿਹੜਾ ਵਾ ਵੇਲ ਲਿਆ ਵਾ। ਦੇਖੋ ਇੰਨੀ ਕਿਹੜੀ ਅਸੀਂ ਰੋਟੀ ਦੀ ਮੋਟਾਈ ਰੱਖਣੀ ਹੈ, ਨਾ ਹੀ ਜ਼ਿਆਦਾ ਪਤਲੀ ਅਤੇ ਨਾ ਹੀ ਜ਼ਿਆਦਾ ਮੋਟੀ। ਸਾਰੇ ਕਿਨਾਰਿਆਂ ਨੂੰ ਅਸੀਂ ਇਕੁਅਲ ਜਿਹੜੀ ਰੋਟੀ ਦੀ ਜਿਹੜਾ ਸਾਈਜ਼ ਕਰ ਲੈਣਾ। ਦੇਖੋ ਸਾਡੀ ਰੋਟੀ ਬਣ ਕੇ ਬਿਲਕੁਲ ਤਿਆਰ ਆ। ਅਤੇ ਹੁਣ ਅਸੀਂ ਇੱਕ ਢੱਕਣ ਲਵਾਂਗੇ, ਜੇਕਰ ਤੁਹਾਡੇ ਕੋਲ ਕੋਈ ਫਰੇਮ ਵਗੈਰਾ ਹੈ ਤਾਂ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਜੀ। ਪਹਿਲਾਂ ਸਾਈਡ ਤੋਂ ਅਸੀਂ ਇਸ ਤਰ੍ਹਾਂ ਕੱਟ ਲਗਾਵਾਂਗੇ। ਅਤੇ ਇਸਨੂੰ ਅਸੀਂ ਇਸ ਤਰ੍ਹਾਂ ਕੱਢ ਲਵਾਂਗੇ। ਅਸੀਂ ਕਾਜੂ ਦੀ ਸ਼ੇਪ ਦੇ ਜਿਹੜੇ ਨਮਕੀਨ ਨਮਕ ਪਾਰੇ ਜਿਹੜੇ ਅਸੀਂ ਬਣਾ ਕੇ ਤਿਆਰ ਕਰਾਂਗੇ, ਜਿਹੜੇ ਕਿ ਬਹੁਤ ਹੀ ਟੇਸਟੀ ਜਿਹੜੇ ਬਣ ਕੇ ਤਿਆਰ ਹੁੰਦੇ ਆ। ਦੇਖੋ ਅਸੀਂ ਇਸ ਤਰ੍ਹਾਂ ਜਿਹੜੇ ਬਣਾ ਕੇ ਜਿਹੜੇ ਤਿਆਰ ਕਰ ਲੈਣੇ। ਬਾਜ਼ਾਰੋਂ ਤਾਂ ਮਾਰਕੀਟ ਵਿੱਚ ਬਹੁਤ ਜ਼ਿਆਦਾ ਮਿਲ ਜਾਂਦੇ ਆਸਾਨੀ ਨਾਲ, ਪਰ ਇੱਕ ਵਾਰੀ ਤੁਸੀਂ ਘਰ ਵੀ ਬਣਾ ਕੇ ਦੇਖਣਾ, ਬਹੁਤ ਹੀ ਟੇਸਟੀ ਜਿਹੜੇ ਹੈ ਨਮਕ ਪਾਰੇ ਜਿਹੜੇ ਸਾਡੇ ਬਣ ਕੇ ਤਿਆਰ ਹੋਣਗੇ। ਦੇਖੋ ਅਸੀਂ ਜਿਹੜੇ ਤਿੰਨ ਪੇੜਿਆਂ ਦੇ ਜਿਹੜੇ ਅਸੀਂ ਜਿਹੜੇ ਕਾਜੂ ਜਿਹੜੀ ਨਮਕੀਨ ਅਸੀਂ ਬਣਾ ਕੇ ਤਿਆਰ ਕਰ ਲਈ ਹੈ, ਅਤੇ ਬਾਕੀ ਅਸੀਂ ਜਿਹੜੇ ਬਾਅਦ 'ਚ ਬਣਾਵਾਂਗੇ। ਅਤੇ ਦੇਖੋ ਕਿੰਨੇ ਸੋਹਣੇ ਵਧੀਆ ਬਣ ਕੇ ਜਿਹੜੇ ਤਿਆਰ ਹੋਏ ਆ। ਅਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਫਰਾਈ ਕਰਾਂਗੇ। ਫਰਾਈ ਕਰਨ ਲਈ ਅਸੀਂ ਜਿਹੜਾ ਵਾ ਗੈਸ ਵਿੱਚ, ਅਤੇ ਪਹਿਲਾਂ ਹੀ ਅਸੀਂ ਪੈਨ ਵਿੱਚ ਜਿਹੜਾ ਓਇਲ ਗਰਮ ਕਰਨ ਲਈ ਰੱਖ ਦਿੱਤਾ ਵਾ, ਤਾਂ ਚਲੋ ਹੁਣ ਅਸੀਂ ਫਰਾਈ ਕਰਦੇ ਇਹਨਾਂ ਨੂੰ। ਦੇਖੋ ਜਿਹੜਾ ਸਾਡਾ ਓਇਲ ਆ ਉਹ ਗਰਮ ਹੋ ਚੁੱਕਾ ਵਾ। ਤੁਸੀਂ ਇਸਨੂੰ ਕੋਈ ਵੀ ਰਿਫਾਇੰਡ ਓਇਲ ਘਿਓ ਦੇ ਵਿੱਚ ਜਾਂ ਤੁਸੀਂ ਮਸਟਰਡ ਓਇਲ ਕਿਸੇ ਵਿੱਚ ਵੀ ਤੁਸੀਂ ਜਿਹੜਾ ਫਰਾਈ ਕਰ ਸਕਦੇ। ਦੇਖੋ ਹੁਣ ਸਾਡਾ ਓਇਲ ਗਰਮ ਹੋ ਚੁੱਕਾ ਵਾ, ਅਤੇ ਗੈਸ ਦੀ ਫਲੇਮ ਅਸੀਂ ਲੋ ਹੀ ਰੱਖਣੀ ਹੈ। ਅਸੀਂ ਹੁਣ ਇਹਨਾਂ ਨੂੰ ਜਿਹੜਾ ਨਮਕ ਪਾ ਰਹੇ ਆ ਇਹਨਾਂ ਨੂੰ ਅਸੀਂ ਜਿਹੜਾ ਤੇਲ ਵਿੱਚ ਛੱਡੀ ਜਾਵਾਂਗੇ। ਅਤੇ ਗੈਸ ਦੀ ਬਿਲਕੁਲ ਲੋ ਫਲੇਮ 'ਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ। ਜਿੰਨੇ ਕੁ ਦੇ ਵਿੱਚ ਪੈਣਗੇ ਅਸੀਂ ਉਨੇ ਹੀ ਪਾਉਣੇ ਆ। ਅਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਹਿਲਾਵਾਂਗੇ। ਦੇਖੋ ਸਾਡੇ ਜਿਹੜੇ ਕਾਜੂ ਨਮਕ ਪਾਰੇ ਜਿਹੜੇ ਆ ਬਹੁਤ ਹੀ ਜ਼ਿਆਦਾ ਫਲੱਪੀ ਜਿਹੜੇ ਬਣ ਕੇ ਤਿਆਰ ਹੋ ਰਹੇ ਆ। ਅਤੇ ਇੱਥੇ ਅਸੀਂ ਜਿਹੜਾ ਗੈਸ ਦੀ ਫਲੇਮ ਜਿਹੜੀ ਹੈ ਉਹ ਮੀਡੀਅਮ ਕਰ ਦੇਵਾਂਗੇ। ਦੇਖੋ ਸਾਡੇ ਜਿਹੜੇ ਕਾਜੂ ਨਮਕੀਨ ਹੈ ਬਿਲਕੁਲ ਫਰਾਈ ਹੋ ਚੁੱਕੇ ਆ, ਸਾਰੇ ਸਾਈਡਾਂ ਚੰਗੀ ਤਰ੍ਹਾਂ ਇਹਦੀਆਂ ਗੋਲਡਨ ਕਲਰ ਦੀਆਂ ਹੋ ਚੁੱਕੀਆਂ ਵਾ। ਅਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਬਾਹਰ ਕੱਢ ਲਾਂਗੇ। ਸਾਨੂੰ ਇੱਕ ਵਾਰੀ ਜਿਹੜੇ ਬੈਚ ਨੂੰ ਫਰਾਈ ਕਰਨ ਵਿੱਚ 3 ਤੋਂ 4 ਮਿੰਟ ਜਿਹੜੇ ਲੱਗੇ ਆ। ਦੇਖੋ ਕਿੰਨੇ ਖਸਤਾ ਜਿਹੜੇ ਬਣ ਕੇ ਸਾਡੇ ਕਾਜੂ ਨਮਕ ਪਾਰੇ ਜਿਹੜੇ ਤਿਆਰ ਹੋਏ ਆ। ਲਓ ਜੀ ਸਾਡੇ ਖਸਤਾ ਕਾਜੂ ਨਮਕੀਨ ਜਿਹੜੇ ਬਣ ਕੇ ਤਿਆਰ ਹੈ, ਬਿਲਕੁਲ ਬਹੁਤ ਹੀ ਟੇਸਟੀ ਜਿਹੜੇ ਬਣ ਕੇ ਤਿਆਰ ਹੋਏ ਆ। ਜਦੋਂ ਘਰ ਵਿੱਚ ਅਚਾਨਕ ਮਹਿਮਾਨ ਆ ਜਾਣ ਤਾਂ ਅਸੀਂ ਮਾਰਕੀਟ ਜਾਂਦੇ ਹਾਂ ਲੈਣ ਨਮਕੀਨ। ਤੁਸੀਂ ਇਹਨਾਂ ਨੂੰ ਘਰ ਵਿੱਚ ਹੀ ਬਣਾ ਕੇ ਜਿਹੜੇ ਤਿਆਰ ਕਰ ਸਕਦੇ ਜੇ, ਬਹੁਤ ਹੀ ਟੇਸਟੀ ਜਿਹੜੇ ਬਣ ਕੇ ਤਿਆਰ ਹੋਏ ਆ। ਅਤੇ ਇਹਦੀ ਖਾਸੀਅਤ ਇਹ ਹੈ ਕਿ ਤੁਸੀਂ ਜਦੋਂ ਵੀ ਇਹਨਾਂ ਨੂੰ ਜਿਹੜਾ ਤੁਸੀਂ ਬਣਾ ਕੇ ਜਿਹੜਾ ਸਟੋਰ ਕਰ ਸਕਦੇ 1-2 ਮਹੀਨੇ ਤੱਕ, ਜਿਹੜਾ ਇਹ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਤੁਸੀਂ ਇਹਨਾਂ ਨੂੰ ਸਟੋਰ ਕਰ ਸਕਦੇ ਜੇ। ਬਹੁਤ ਹੀ ਟੇਸਟੀ ਜਿਹੜੇ ਕਾਜੂ ਨਮਕੀਨ ਬਣ ਕੇ ਤਿਆਰ ਹੈ। ਦੇਖੋ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਂਦੀ ਹਾਂ। ਦੇਖੋ ਕਿੰਨੇ ਸੋਹਣੇ ਵਧੀਆ ਬਣ ਕੇ ਤਿਆਰ ਹੋਏ, ਬਿਲਕੁਲ ਖਸਤਾ ਜਿਹੜੇ, ਅਤੇ ਅੰਦਰੋਂ ਕਿਸ ਤਰ੍ਹਾਂ ਫਲੱਪੀ ਜਿਹੜੇ ਬਣ ਕੇ ਤਿਆਰ ਹੋਏ ਆ, ਬਹੁਤ ਹੀ ਟੇਸਟੀ ਜਿਹੜੇ ਬਣੇ ਆ।
तुसी इस रेसिपी नू जरूर ट्राई करना ते सानू कमेंट बॉक्स में दसना तुहानू अज्ज दी रेसिपी किस तरह की लगी है। जेकर तुहानू साडी अज्ज दी रेसिपी पसंद आई तां वध तों लाइक शेयर जरूर करना ते जेकर तुसी चैनल ते नवें तां चैनल सबसक्राइब भी जरूर करना ते नाल लगदी बैल आइकन नू जरूर प्रेस करना ताकि जिहड़ी भी साडी नवीं वीडियो आवे उसका नोटिफिकेशन तुहानू सब तों पहलां मिल सके। तां फिर मिलांगे इस तरह दी नवीं जी डिलीशियस जी रेसिपी दे नाल। तद तक लई सारिआं नू सति श्री अकाल।